वेलकम है जी थोड़ा सारे का अपने एक होर नवे ब्लॉग दे विच ते आ ब्लॉग दे विच जिवें तुहानू थंबनेल ते टाइटल तो पता लग ही गया होना गा वी आपां लवाउण चलेंगे रूट्स दे हारन ते ब्लॉग नू एंड तक देखियो बहुत ही इंटरस्टिंग होने वाला गा ते तुसीं फिटिंग देख लियो हारना दी किद्दां हुई है सारा कुछ देख लियो ते बाकी चलो हुण चल देंगे आपां हारन लवाउण ते आ अपने हारन जिहड़े कि पिछले ब्लॉग च मैं तुहानू दिखाए सीगे ते इहनां नू ते हुण इहनां नू लिफाफे च पाउने आ ते लै के चल देंगे वर्कशॉप ते ते आ अपनी तार तूर जी है भी नाल ही लै चलदे उत्थे कनैक्शन जे कर दांगे ते मैं हारन अपने देख लो तुसीं उरे रख ले ट्रैक्टर ते हुण मैं जा रहा हां हारन लवाउण ते तुहानूं उत्थे जाके मिलदा ते मैं रास्ते च जा रहा सीगा ते आ देखो तुसीं धुआं किन्ना होया पिया गा बाला ज्यादा हैगा अखां चो पानी निकल लग्गिया पिया ते आपां वर्कशॉप ते पहुंच गए सीगे जिथे आपां हारन लवाउणे आ ते हुण मतलब देखदे आ किदां फिट होणगे आपां जिहड़ियां लाइटां सीगियां उह तां खोल लईआं जिहड़ियां थल्ले लग्गियां होईआं सीगियां ते आ अपने हारन पे दो अपने लिफाफे च पे अजे वह कढ़े नहीं गए तो आ कुछ पत्ती का कुछ जगाड़ करके लावे तो वह तुहानू अगे देखने को मिलेगा हुण ब्लॉग च आ गया बस तू तो अपने हारन फिट हो रहे है तो वह बाई अपने पत्तियां बना रहे हैं वह पत्तियां लगनगियां पक्की जिहड़ी अपने पत्तियां आनगियां वह पक्की बैल्ड हो जाएगी बंपर थले तो अपन पत्तियां बन गई जी दो एक आ भी सी एक थले पी है उरे बैल्ड होनिया नहीं ਉਰੇ ਵੈਲਡਿੰਗ ਹੋਜੂ ਇਹਨਾਂ ਦੀ ਤੇ ਹੁਣ ਵੈਲਡਿੰਗ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਆਪਣੇ ਹਾਰਨ ਫਿੱਟ ਹੋ ਗਏ ਬਾਕੀ ਤੁਹਾਨੂੰ ਆਪਾਂ ਹੁਣ ਘਰੇ ਚੱਲ ਕੇ ਦਿਖਾਵਾਂਗੇ ਇਹਨਾਂ ਦੀ ਤਾਰਾਂ ਤੁਰਾਂ ਹੀ ਲਾ ਲਈਏ ਤੇ ਆਪਣੇ ਹਾਰਨ ਫਿੱਟ ਹੋ ਗਏ ਤੇ ਬਾਕੀ ਹੁਣ ਤੁਹਾਨੂੰ ਸੁਬਾਹ ਦਿਖਾਵਾਂਗੇ ਹੁਣ ਤਾਂ ਕੁਛ ਦਿਖਦਾ ਨਹੀਂ ਗਾ ਤੇ ਹੁਣ ਚਲੋ ਘਰ ਨੂੰ ਚੱਲਦੇ ਹਾਂ ਬਸ ਸਿੱਧਾ ਹੀ ਆਪਾਂ ਤੇ ਤੁਸੀਂ ਆ ਰੂਟਸ ਦੇ ਹਾਰਨ ਵਾਲੀ ਵੀਡੀਓ ਵੀ ਦੇਖ ਲਈ ਹੋਊਗੀ ਤੇ ਬਹੁਤ ਸਰਾ ਚੀਜ਼ ਆ ਘੈਂਟ ਬਹੁਤ ਲੱਗਦੇ ਆ ਤੇ ਬਾਕੀ ਹੁਣ ਆਪਾਂ ਰੂਟਾਵੀਟਰ ਲੈ ਕੇ ਜਾਣਾ ਗਾ ਮੋਟਰ ਤੇ ਤੇ ਡੈਡੀ ਨੇ ਕਿਹਾ ਸੀਗਾ ਵੀ ਹੈ ਨਾ ਰੂਟਾਵੀਟਰ ਲੈ ਕੇ ਤੂੰ ਤੇ ਆਪਾਂ ਟਰੈਕਟਰ ਬਾਹਰਲੇ ਘਰੇ ਲਿਆਏ ਤੇ ਇਧਰ ਥੋੜਾ ਚਾਚਾ ਦੇਖ ਲਓ ਬਹੁਤ ਟਾਈਮ ਦਾ ਵਲੌਗ ਚ ਨਹੀਂ ਆ ਰਿਹਾ ਸੀਗਾ ਹੋਰ ਵੀ ਚਾਚਾ ਹੋਰ ਕੀ ਹਾਲ ਆ ਵਧੀਆ ਚਾਚੇ ਦਾ ਜਹਾਜ਼ ਦੇਖ ਲਓ ਉਹ ਖੜਾ ਗਾ ਐ ਕਹਿੰਦੇ ਮੇਰੇ ਵੀਰੇ ਹੁਣ ਕਿੱਥੇ ਦੱਬਦਾ ਹੁਣ ਕਿੱਥੇ ਸਾਈਕਲ ਹੁਣ ਤਾਂ ਚੌੜੇ ਟਾਇਰਾਂ ਵਾਲੀਆਂ ਸਾਈਕਲੀਆਂ ਚੱਕਦਾ ਹੈ ਅੱਛਾ ਤੇ ਇਧਰ ਆਪਣੇ ਬਾਈ ਟਰਾਲੀ ਲੱਦਣ ਲੱਗੇ ਹੋਏ ਹੈਗੇ ਸਾਰੇ ਬੰਦੇ ਲੇਬਰ ਆਪਣੀ ਟਰਾਲੀ ਲੱਦਣ ਲੱਗੀ ਹੋਈ ਹੈਗੀ ਤੇ ਲੱਦ ਰਹੀ ਹੈਗੀ ਇਹ ਵੀ ਫਿਰ ਕੱਲ ਨੂੰ ਆਲੂ ਬੀਜਾਂਗੇ ਤਾਂ ਕਰਕੇ ਤੇ ਬਾਕੀ ਚੱਲ ਰਿਹਾ ਕੰਮ ਆਪਾਂ ਆਲੂ ਤਾਂ ਲੱਦ ਲਏ ਤੇ ਹੁਣ ਡੀ ਏ ਪੀ ਦੀ ਵਾਰੀ ਆ ਗਈ ਹੁਣ ਡੀ ਏ ਪੀ ਲੱਦਦੇ ਹਾਂ ਤੁਹਾਨੂੰ ਟਰਾਲੀ ਦਿਖਾਉਣਾ ਮੈਂ ਟਰਾਲੀ ਆਪਾਂ ਭਰਤੀ ਆਪਣੀ ਟਰਾਲੀ ਤਾਂ ਆਪਾਂ ਫੁੱਲ ਭਰਤੀ ਜਿੰਨੇ ਵੀ ਇੱਥੇ ਆਲੂ ਪਏ ਸੀਗੇ ਲਗਭਗ ਆਪਾਂ ਸਾਰੀ ਚੱਕ ਕੇ ਟਰਾਲੀ ਚ ਪਾਤੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਉਹ ਤਾਂ ਫਿਰ ਹੁਣ ਥੋੜੇ ਜਿਹੇ ਪਏ ਆ ਗਏ ਸਾਈਡ ਤੇ ਇਹ ਕਾਹਦੀ ਖਾਤਰ ਰੱਖੇ ਹੋਏ ਆਪਾਂ ਅੱਛਾ ਇਹ ਉਧਰਲੀ ਮੋਟਰ ਤੇ ਬੀਜਣਾ ਆਪਾਂ ਸੈਲਰ ਵਾਲੀ ਮੋਟਰ ਤੇ ਬੀਜਣੇ ਆ ਇਹ ਤੇ ਤਾਂ ਰੱਖੇ ਹੋਏ ਆ ਗਏ ਤੇ ਉਹ ਬਾਕੀ ਆਪਾਂ ਖੂਹ ਤੇ ਬੀਜਣੇ ਆ 4 ਕਿੱਲਿਆਂ ਚ ਇਹ 4 ਕਿੱਲਿਆਂ ਦਾ ਬੀਜ ਆ ਜੀ ਇਹ 4 ਕਿੱਲਿਆਂ ਦਾ ਬੀਜ ਆ ਹਾਂ ਓਕੇ ਤੇ ਆ ਹੁਣ ਆਪਣਾ ਡੀ ਏ ਪੀ ਲੱਦਿਆ ਜਾ ਰਿਹਾ ਇਹ ਡੀ ਏ ਪੀ ਕਿਹੜੇ ਹਿਸਾਬ ਨਾਲ ਪੈਂਦਾ ਗਾ ਕਿੱਲੇ ਚ ਕਿੰਨਾ ਕੁ ਪੈ ਜਾਂਦਾ 4 ਬੋਰੀਆਂ ਕਿੱਲੇ ਚ ਆਪਣਾ ਕਿੱਲੇ ਚ ਬੀ ਕਿੰਨਾ ਕੁ ਪੈ ਜਾਂਦਾ ਗਾ ਜੀ ਕਿੱਲੇ ਚ 30 ਬੋਰੀਆਂ ਮਤਲਬ ਵੀ ਇਹਦਾ ਵੀ ਕਿੱਲੇ ਵਾਲਾ ਵੀ ਕੋਈ ਹਿਸਾਬ ਨਹੀਂ ਹੁੰਦਾ ਕੋਈ ਵੱਧ ਵੀ ਪਾਉਂਦਾ ਹੋਊਗਾ ਕੋਈ ਘੱਟ ਵੀ ਪਾਉਂਦਾ ਹੋਊਗਾ ਨਾ 25 ਤੋਂ ਲੈ ਕੇ 35 ਤੱਕ ਪੈ ਜਾਂਦੀਆਂ ਨੇ ਮਤਲਬ ਇਹਦੇ ਵਿੱਚ ਵਿੱਚ ਜਿੰਨੇ ਵੀ ਪਾ ਸਕਦੇ ਆਪਾਂ ਲੈ ਤੇ ਇੱਥੇ ਆਪਣਾ ਕੰਮ ਨਿਪਟ ਗਿਆ ਜੀ ਹੁਣ ਆਪਾਂ ਚੱਲੇ ਆ ਮੋਟਰ ਤੇ ਤੇ ਉੱਥੇ ਜਾ ਕੇ ਪਾਉਣ ਲੱਗਦੇ ਆਂਗੇ ਤੇ ਟਰੈਕਟਰ ਮਗਰ ਰੂਟਾਵੀਟਰ ਪਾਇਆ ਹੋਇਆਗਾ ਤੇ ਚਲੋ ਉੱਥੇ ਚੱਲ ਕੇ ਹੁਣ ਪਾਉਣ ਲੱਗਦੇ ਤੇ ਮੋਟਰ ਤੇ ਪਾਉਣ ਤਾਂ ਆ ਗਿਆ ਸੀਗਾ ਤੇ ਮੈਂ ਕਾਫੀ ਬਾਤ ਆ ਜਿੱਥੇ ਮੈਂ ਕੱਲ ਡੈਡੀ ਨੂੰ ਫੜਾਇਆ ਸੀ ਉੱਥੇ ਮੈਂ ਖੜਾਤਾ ਤੇ ਕੱਲ ਵਾਲਾ ਟਾਈਮ ਹੋ ਗਿਆ ਤੇ ਰੋਟੀ ਖਾਣ ਚੱਲਿਆ ਮੈਂ ਹੁਣ ਟਰੈਕਟਰ ਮੈਂ ਖੜਾਤਾ ਹੁਣ ਰੋਟੀ ਖਾ ਕੇ ਆਉਣਾ ਘਰੇ ਨਾਲੇ ਮੈਂ ਰੋਟੀ ਲੈ ਕੇ ਆਉਣਾ ਉਰੇ ਇਹਨਾਂ ਨੂੰ ਫੜਾ ਦੂੰਗਾ ਇਹਨਾਂ ਦੀ ਰੋਟੀ ਲਿਆਉਂਗਾ ਨਾਲੇ ਮੈਂ ਦੂਸਰੀ ਮੋਟਰ ਤੇ ਡੈਡੀ ਬਣਾਈ ਰੋਟੀ ਵੀ ਫੜਾ ਕੇ ਆਉਣੀ ਆ ਉਹ ਦੂਸਰੀ ਮੋਟਰ ਤੇ ਨੇ ਤੇ ਚਲੋ ਹੁਣ ਘਰੇ ਚੱਲਦੇ ਆਂਗੇ ਰੋਟੀ ਚੱਕ ਕੇ ਲਿਆਉਂਦੇ ਆ ਤੇ ਮੈਂ ਰੋਟੀ ਲੈ ਕੇ ਡੈਡੀ ਹੁਣਾਂ ਕੋਲੇ ਪਹੁੰਚ ਗਿਆ ਤੇ ਤੁਸੀਂ ਫੋਰਡ ਦਾ ਝੰਡਾ ਦੇਖੋ ਕਿਵੇਂ ਹਿਲਦਾ ਗਾ ਢਿੱਲਾ ਹੋ ਗਿਆ ਇਹਨੂੰ ਖੋਲ ਹੀ ਦੇਵਾਂਗੇ ਇਹਨੂੰ ਖੋਲ ਹੀ ਦਿੰਦੇ ਆ ਫੇਰ ਢਿੱਲਾ ਹੋ ਜਾਣਾ ਨਹੀਂ ਇਹਨੇ ਤੇ ਮੈਂ ਡੈਡੀ ਹੁਣਾਂ ਰੋਟੀ ਫੜਾਤੀ ਦੇਖ ਲਓ ਤੁਸੀਂ ਤੇ ਹੁਣ ਮੈਂ ਚੱਲਿਆ ਦੂਜੀ ਮੋਟਰ ਤੇ ਆਪਣੇ ਇੱਥੇ ਜਿੱਥੇ ਆਪਣਾ ਟਰੈਕਟਰ ਖੜਾ ਚਾਹੁੰਦੀ ਯਾਰ ਤੇ ਹੁਣ ਉੱਥੇ ਜਾ ਕੇ ਤੁਹਾਨੂੰ ਮਿਲਦੇ ਹਾਂ ਤੇ ਇੱਥੇ ਮੈਂ ਫੋਟੋ ਦਾ ਜਿਹੜਾ ਝੰਡਾ ਜਿਹਾ ਸੀ ਉਹ ਤਾਂ ਮੈਂ ਕੱਸਤਾ
ਤੇ ਬਾਕੀ ਹੁਣ ਫੋਰਡ ਨੂੰ ਪੂਰਾ ਮਤਲਬ ਵੀ ਤਵੀਆਂ ਤੇ ਚੱਲਦਾ ਹੈਗਾ ਪੂਰਾ ਵਧੀਆ ਤੇ ਆਪਣੀ ਮੋਟਰ ਤੇ ਤਾਂ ਮੈਂ ਪਹੁੰਚ ਗਿਆ ਸੀਗਾ ਤੇ ਆਹ ਦੇਖ ਲਓ ਝੋਲੇ ਅੱਛਾ ਕਿੰਨੀਆਂ ਕੁ ਰੋਟੀਆਂ ਖਾਂਦਾ ਹੁੰਦਾ ਤੂੰ ਚਾਰ ਬਸ ਜਾ ਯਾਰ ਇੰਨੀਆਂ ਰੋਟੀਆਂ ਨਾਲ ਕੀ ਕੰਮ ਚੱਲਦਾ ਹੈਗਾ ਵੱਧ ਖਾਇਆ ਕਰ ਪੂਰਾ ਉਹ ਉਹਨੂੰ ਵੀ ਫੜਾ ਕੇ ਆਉਣੀ ਹੈ ਨਾ ਜਿਵੇਂ ਇਹ ਸਾਰਿਆਂ ਦੀ ਅਲੱਗ ਅਲੱਗ ਰੋਟੀ ਆ ਕਿਉਂਕਿ ਇਹ ਅਲੱਗ ਅਲੱਗ ਖਾਲ ਚ ਪਾਣੀ ਲਾ ਰਹੇ ਆ ਤੇ ਇਕੱਠੇ ਬਹਿ ਕੇ ਤਾਂ ਖਾ ਨੀ ਸਕਦੇ ਚ ਰੋਟੀ ਲੈ ਜਾ ਕਿਹੜੀ ਹੈਗੀ ਤੇਰੀ ਹੈਗੀ ਆਹ ਨੀਲੇ ਝੋਲੇ ਵਾਲੀ ਛੋਟੀ ਆਹ ਮੈਨੂੰ ਫੜਾ ਦੇ ਦੂਜਾ ਉੱਥੇ ਫੜਾ ਕੇ ਆਵਾ ਨਾ ਉਹਨੂੰ ਚਲੋ ਜੀ ਉੱਥੇ ਚੱਲਦੇ ਆ ਤੇ ਉਹਨੂੰ ਰੋਟੀ ਫੜਾਉਂਦੇ ਆ ਆਈ ਭੱਜ ਗਿਆ ਲੀਕ ਹੁੰਦਾ ਤੇਰਾ ਲੈ ਬਾਈ ਤੇਰੀ ਰੋਟੀ ਰੱਖਦਾ ਉਰੇ ਤਾਂ ਰੱਖਿਆ ਇੱਧਰ ਕਿੰਨੀਆਂ ਰੋਟੀ ਖਾਣਾ ਉਹਨਾਂ ਤੂੰ ਦੱਸਤਾ ਸੀ ਕਿੰਨੀਆਂ ਰੋਟੀ ਖਾਣਾ ਦੱਸਤਾ ਸੀ ਬਾਰਾਂ ਤੇਰਾਂ ਕਹਿੰਦਾ ਆਪਾਂ ਹੁਣ ਚੱਲਦੇ ਹਾਂ ਆਪਣਾ ਜਿਹੜਾ ਕੰਮ ਆ ਨਿਬੇੜ ਦੀਏ ਜਿਹੜਾ ਰਹਿੰਦਾ ਗਾ ਤੇ ਉਸ ਤੋਂ ਬਾਅਦ ਹਜੇ ਆਹ ਗੇੜਾ ਵੀ ਲਾਉਣਾ ਪਊਗਾ ਕਿਉਂਕਿ ਜਦੋਂ ਇਹਨਾਂ ਨੇ ਮਿੱਟੀ ਲਾਈ ਹੈ ਚੱਕ ਕੇ ਤੇ ਹੁਣ ਆਪਾਂ ਨੂੰ ਦੁਬਾਰੇ ਗੇੜਾ ਲਾਉਣਾ ਪੈਣਾ ਗਾ ਤੇ ਚਲੋ ਟਰੈਕਟਰ ਤੇ ਬਹਿੰਦੇ ਹਾਂ ਤੇ ਵਾਹ ਕੇ ਕਿਹੜਾ ਕੰਮ ਨਿਬੇੜ ਦੀਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਤੇ ਆਪਦੀ ਗੱਦੀ ਤੇ ਵਿਰਾਜਮਾਨ ਹੁੰਦੇ ਹਾਂ ਹੁਣ ਆਪਾਂ ਟਰੈਕਟਰ ਬੜਾ ਸੋਹਣਾ ਲੱਗਣ ਲੱਗ ਗਿਆ ਚਾਰ ਹਾਰਨ ਲਾਉਣ ਨਾਲ ਹੀ ਪਤਾ ਹੀ ਉਹ ਸਾਰਾ ਤੇ ਹੁਣ ਇੱਧਰ ਸਾਈਡ ਤੇ ਗੇੜਾ ਲਾਉਣ ਲੱਗਿਆ ਹੋਇਆ ਗਾ ਮੈਂ ਇਹ ਇੱਕ ਆਹ ਗੇੜਾ ਗਾ ਇੱਕ ਉਧਰੋਂ ਐ ਨੂੰ ਗੇੜਾ ਗਾ ਬਸ ਇਹ ਗੇੜਾ ਰਹਿ ਗਿਆ ਇੱਕ ਫਿਰ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਦੂਸਰੀ ਮੋਟਰ ਤੇ ਪਹਿਲਾਂ ਡੈਡੀ ਨੂੰ ਫੋਨ ਲਾਉਣਾ ਗਾ ਉਹ ਕਹਿੰਦੇ ਸੀਗੇ ਡੈਡੀ ਕਹਿੰਦੇ ਸੀ ਉਹਨੇ ਫੋਨ ਲਾ ਲਈ ਮੈਨੂੰ ਮੈਂ ਤੁਹਾਨੂੰ ਦੱਸੂਗਾ ਵੀ ਕੀ ਕਰਨਾ ਗਾ ਤੇ ਉਹ ਮੈਂ ਹੁਣ ਗੇੜਾ ਲਾ ਕੇ ਫਿਰ ਫੋਨ ਲਾਊਂਗਾ ਫਿਰ ਉਹ ਦੱਸਣਗੇ ਵੀ ਅੱਗੇ ਕੀ ਕਰਨਾ ਗਾ ਫਿਰ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਮੈਂ ਕਹੀ ਆ ਕਹੀ ਕਹੀ ਤੇ ਮੈਂ ਡੈਡੀ ਨੂੰ ਫੋਨ ਲਾ ਕੇ ਪੁੱਛਿਆ ਸੀਗਾ ਡੈਡੀ ਕਹਿੰਦੇ ਵੀ ਹਨਾ ਤੂੰ ਰੂਟਾਵੇਟਰ ਲੈ ਕੇ ਆਇਆ ਸੈਲਰਾਈ ਮੋਟਰ ਤੇ ਵੀ ਹਨਾ ਉੱਥੇ ਕੁਛ ਕਰਨਾ ਗਾ ਤੇ ਹੁਣ ਉੱਥੇ ਚੱਲਦੇ ਆਪਾਂ ਉੱਥੇ ਜਾ ਕੇ ਦੇਖਦੇ ਹਾਂ ਕੀ ਕਰਨਾ ਗਾ ਤੇ ਇੱਥੇ ਆਪਾਂ ਰੂਟਾਵੇਟਰ ਕੱਢਤਾ ਤੇ ਤਵੀਆਂ ਪਾ ਲਈਆਂ ਤੇ ਡੈਡੀ ਕਹਿੰਦਾ ਹਨਾ ਮੈਂ ਜਦੋਂ ਦੋਹਰ ਕਰਨ ਲੱਗੂੰਗਾ ਸਾਗੇ ਨਾਲ ਤੂੰ ਮਗਰ ਦੀ ਫਿਰ ਤਵੀਆਂ ਮਾਰਦੀ ਤੇ ਪਹਿਲਾਂ ਮੈਂ ਵਿੱਚ ਪਾ ਲਿਆ ਟਰੈਕਟਰ ਆਹ ਦੇਖ ਲਓ ਤੁਸੀਂ ਹੁਣ ਮੈਂ ਥੋੜ੍ਹਾ ਜਿਹਾ ਬੈਕ ਕਰਕੇ ਖੜਾਤਾ ਕਿਉਂਕਿ ਤਵੀਆਂ ਬੈਕ ਤਾਂ ਹੁੰਦੀਆਂ ਨਹੀਂ ਆ ਤੇ ਇੱਥੇ ਤਵੀਆਂ ਖੜੀਆਂ ਸੀਗੀਆਂ ਤੇ ਆਪਾਂ ਪਾ ਕੇ ਬਸ ਖੜਾ ਲਿਆ ਟਰੈਕਟਰ ਹੁਣ ਉਹਨਾਂ ਦੀ ਇੱਕ ਗੇੜਾ ਜਦੋਂ ਸਾਗੇ ਦਾ ਫਿਰ ਉਸ ਤੋਂ ਬਾਅਦ ਆਹ ਮਤਲਬ ਦੋਹਰ ਕਰਨ ਵਾਲਾ ਗਾ ਡੈਡੀ ਫਿਰ ਮਗਰ ਮੈਂ ਲੱਗ ਜੂੰਗਾ ਤੇ ਉਨਾ ਚਿਰ ਮੈਂ ਪਾਣੀ ਪੂਣੀ ਪੀ ਕੇ ਆਉਣਾ ਮੋਟਰ ਤੇ ਤੇ ਹੁਣ ਮੈਂ ਤਵੀਆਂ ਨਾਲ ਵਾਹੁਣ ਲੱਗਿਆ ਹੋਇਆ ਗਾ ਡੈਡੀ ਦੇਖ ਲਓ ਤੁਸੀਂ ਪਿੱਛੇ ਦੇ ਪਿੱਛੇ ਸਾਗਾ ਮਾਰਦਾ ਆਉਂਦਾ ਗਾ ਡੈਡੀ ਨੇ ਪਹਿਲਾਂ ਦੋਹਰ ਕਰਤਾ ਸੀਗਾ ਪਿੱਛੇ ਹੀ ਮੈਂ ਲੱਗ ਗਈ ਤਵੀਆਂ ਮਾਰਨ ਤੇ ਹੁਣ ਡੈਡੀ ਮੇਰੇ ਪਿੱਛੋਂ ਲੱਗ ਗਿਆ ਦੇਖ ਲਓ ਤੁਸੀਂ ਸਾਗਾ ਦੇਣਾ ਤੇ ਇਸ ਤੋਂ ਬਾਅਦ ਆਪਾਂ ਹੁਣ ਹਲਾਂ ਨਾਲ ਵਾਹਾਂਗੇ ਫਿਰ ਉਸ ਤੋਂ ਬਾਅਦ ਮੈਂ ਰੂਟਾ ਬਿੱਟਣਾ ਵਾਹੀ ਚਲੋ ਪਿੱਛੋਂ ਦੀ ਪਿੱਛੇ ਤੇ ਡੈਡੀ ਮੂਹਰੇ ਮੂਹਰੇ ਹਲਾਂ ਨਾਲ ਵਾਹੂਗਾ ਤੇ ਬਸ ਆਹ ਜ਼ਮੀਨ ਆਪਾਂ ਅੱਜ ਤਿਆਰ ਕਰ ਦੇਣੀ ਹੈਗੀ ਆਹ ਜਿਹੜੇ ਆਪਣੇ ਜਿੱਥੋਂ ਆਪਾਂ ਪਰਾਲੀ ਇਕੱਠੀ ਕਰੀ ਹੈਗੀ ਕੱਲ ਤੇ ਇਹ ਵੀ ਹੁਣ ਕੰਪਲੀਟ ਹੋ ਜੂਗਾ ਫਿਰ ਤੇ ਇੱਥੇ ਵੀ ਆਲੂ ਹੀ ਵੇਚਣੇ ਆ ਤਾਂ ਕਰਕੇ ਹੁਣੀ ਤਿਆਰ ਕਰਨੀ ਹੈਗੀ ਤੇ ਮੈਂ ਤਵੀਆਂ ਨਾਲ ਵਾਹ ਕੇ ਉਸ ਤੋਂ ਬਾਅਦ ਘਰੇ ਆ ਗਿਆ ਸੀਗਾ ਤੇ ਆਪਾਂ ਤੇਲ ਪਾਉਣ ਆਏ ਸੀਗੇ ਤੇ ਤੇਲ ਆਪਾਂ ਪਾ ਲਿਆ ਤੇ ਤੇਲ ਪਾਉਂਦੇ ਪਾਉਂਦੇ ਨਾ ਤੇਲ ਥੋੜਾ ਜਿਹਾ ਡੁੱਲ ਗਿਆ ਤੇ ਇੰਨਾ ਤਾਂ ਡੁੱਲ ਜਾਂਦਾ ਗਾ ਚਲੋ ਕੋਈ ਗੱਲ ਨੀ ਤੇ ਹੁਣ ਬਾਹਰਲੇ ਘਰੇ ਚੱਲ ਕੇ ਆਪਾਂ ਹਲ ਪਾਉਂਦੇ ਹਾਂਗੇ ਤੇ ਹਲਾਂ ਨਾਲ ਮੈਂ ਵਾਹਤਾ ਹੁਣ ਹਨੇਰਾ ਹੋ ਗਿਆ ਕਾਫੀ ਤੇ ਮੈਂ ਨਾ ਹੁਣ ਹਲਾਂ ਨਾਲ ਵਾਹ ਕੇ ਤੇ ਹਲ ਉੱਥੇ ਕੱਢਤੇ ਤੇ ਹਲ ਹੁਣ ਉਹ ਫੋਰਡ ਮਗਰ ਪਾ ਲਿਆਉਣਗੇ ਤੇ ਮੈਂ ਰੂਟਾਵੀਟਰ ਪਾ ਕੇ ਲੈ ਚੱਲਿਆ ਤੇ ਆਹ ਦੇਖ ਲਓ ਤੁਸੀਂ ਤੇ ਹੁਣ ਇਹਨੂੰ ਜਾ ਕੇ ਕੱਢ ਕੇ ਇਹਦੇ ਮਗਰ ਪਾਉਣੀ ਆਪਾਂ ਟਰਾਲੀ ਤੇ ਦੇਖ ਲਓ ਤੁਸੀਂ ਰੂਟਾਵੀਟਰ ਕੱਢ ਕੇ ਮੈਂ ਹੁੱਕ ਪਾ ਲਈ ਤੇ ਹੁਣ ਬਸ ਚਾਚਾ ਆਉਂਦਾ ਗਾ ਉਹ ਫੋਰਡ ਲੈ ਕੇ ਆਊਗਾ ਫਿਰ ਉਸ ਤੋਂ ਬਾਅਦ ਇਹਦੇ ਚ ਡਰਾਈਵਰ ਵੀ ਪਾ ਲਾਂਗੇ ਤੇ ਦੇਖਦੇ ਹਾਂ ਟਰਾਲੀ ਹੁਣ ਪਾਉਣੀ ਆ ਵੈਸੇ ਮੈਨੂੰ ਸੁਬਹ ਹੀ ਪਾਉਣੀ ਹੋਊਗੀ ਤੇ ਆਪਾਂ ਫਿਰ ਉੱਧਰ ਲਿਜਾ ਕੇ ਖੜਾ ਲਾਂਗੇ ਟਰੈਕਟਰ ਤੇ ਬਾਕੀ ਹੁਣ ਉਹਨਾਂ ਦੇ ਆਏ ਤੇ ਪਤਾ ਲੱਗੂਗਾ ਵੀ ਕੀ ਕਰਨਾ ਗਾ ਤੇ ਹੁਣ ਉਹ ਆਉਂਦੇ ਆ ਫਿਰ ਉਸ ਤੋਂ ਬਾਅਦ ਪਤਾ ਲੱਗਣਾ ਤੇ ਤੁਸੀਂ ਟਰੈਕਟਰ ਦੇਖ ਸਕਦੇ ਹੋਗੇ ਇਹਦੇ ਨਾ ਵਿਚਾਲੇ ਤਾਂ ਲਾਈਟਾਂ ਹੈ ਨਹੀਂ ਗੀਆਂ ਮੂਹਰੇ ਵਾਲੀਆਂ ਮੈਂ ਲਾਹੀਆਂ ਨਹੀਂ ਸੀਗੀਆਂ ਲਾਉਣ ਦੀ ਲੋੜ ਹੀ ਨਹੀਂ ਪਈ ਸੀਗੀ ਤੇ ਆਹ ਮਗਰੇਟਾਂ ਵਾਲੀਆਂ ਵੀ ਨਹੀਂ ਲਾਹੀਆਂ ਸੀ ਉਹ ਥੱਲੇ ਵਾਲੀਆਂ ਲਾਤੀਆਂ ਸੀ ਉਹ ਖਿੰਡ ਜੇ ਗਈਆਂ ਸੀ ਉਹ ਫਿਰ ਮੈਂ ਉਦਣ ਕਾਲੀ ਕਾਲੀ ਚਲਾਤੀਆਂ ਤੇ ਹਾਰਨ ਬਾਹਲੇ ਘੈਂਟ ਲੱਗਦੇ ਆ ਚੈਂਟਣ ਟਣ
ਹੁਣ ਤਾਂ ਘੱਟ ਨਹੀਂ ਦੇ ਇਹਨਾਂ ਚ ਲਾਈਟਿੰਗ ਵੀ ਆਪਾਂ ਜਲਦੀ ਕਰਾਂਗੇ ਉਹਦੀ ਵੀਡੀਓ ਵੀ ਜਲਦੀ ਆਊ ਹੁਣ ਮੇਰੇ ਪੇਪਰ ਸ਼ੁਰੂ ਹੋ ਗਏ ਹੁਣ ਵੀਡੀਓ ਸ਼ਾਇਦ ਹੀ ਆਇਆ ਕਰਨਗੀਆਂ ਅਤੇ ਹੁਣ ਬਸ ਸਮਝ ਲਓ ਤੁਸੀਂ ਆ ਲਾਸਟ ਵੀਡੀਓ ਸਮਝ ਲਓ ਚਾਹੇ ਇਦੂ ਬਾਅਦ ਵੀਡੀਓਜ਼ ਲੇਟ ਆਇਆ ਕਰਨਗੀਆਂ ਹੁਣ ਥੋੜ੍ਹਾ ਜਿਹਾ ਪੇਪਰ ਚੱਲ ਪਏ ਅਤੇ ਇੱਕ ਦਿਨ ਜਿਹੜੀ ਛੁੱਟੀ ਮਿਲਿਆ ਕਰੂ ਉਹਦੇ ਵਿੱਚ ਦੀ ਵਲੋਗ ਬਣਾਇਆ ਕਰਾਂਗੇ ਅਤੇ ਆਪਣਾ ਚਾਚਾ ਵੀ ਆ ਗਿਆ ਫਲ ਲੈ ਕੇ ਅਤੇ ਹੁਣ ਫਲ ਕਢਾਉਣੇ ਆਗੇ ਉੱਥੇ ਹੀ ਕੱਢ ਦਿੰਦੇ ਹਾਂ ਉੱਥੇ ਜਿੱਥੇ ਅੱਗੇ ਕੱਢਦੇ ਹੁੰਦੇ ਹਾਂ ਚੱਲ ਉੱਥੇ ਲੈ ਕੇ ਚੱਲ ਉੱਥੇ ਲਾ ਅਤੇ ਜੋਂਡੀਅਰ ਮਗਰ ਪਾ ਲਈ ਆਪਾਂ ਆਲੂ ਬੀਜਣਾ ਮਸ਼ੀਨ ਕਿਉਂਕਿ ਆਪਾਂ ਆਹ ਮਸ਼ੀਨ ਦੇ ਬਦਲ ਲਿਆਂਗੇ ਫਾਲੇ ਜਿਹੜੇ ਫਾਲੇ ਨੇਗੇ ਇਹ ਨਵੇਂ ਪਾਉਣੇ ਆ ਇਹ ਘੱਸ ਗਏ ਹੁਣ ਤਾਂ ਕਰਕੇ ਨਵੇਂ ਪਾਉਣੇ ਆ ਨਵੇਂ ਫਾਲੇ ਦਿਖਾਏ ਕਿੱਥੇ ਨੇ ਨਵੇਂ ਅਤੇ ਆਹ ਹੈਗੇ ਆਪਣੇ ਨਵੇਂ ਫਾਲੇ ਅਤੇ ਤੁਹਾਨੂੰ ਇੱਕ ਵਾਰੀ ਕੱਢ ਕੇ ਦਿਖਾਉਣਾ ਮੈਂ ਆਹ ਦੇਖ ਸਕਦੇ ਹੋ ਤੁਸੀਂ ਅਤੇ ਹੁਣ ਨਵੇਂ ਕਸੇ ਜਾਣਗੇ ਮਸ਼ੀਨ ਦੇ ਅਤੇ ਹੁਣ ਕਸਣ ਲੱਗੇ ਹੋਏ ਆ ਅਤੇ ਉਹ ਮਸ਼ੀਨ ਦੇ ਫਾਲੇ ਫੁਲੇ ਬਦਲ ਕੇ ਉਸ ਤੋਂ ਬਾਅਦ ਆਪਾਂ ਟਰੈਕਟਰ ਅੰਦਰ ਲਿਆਂਦੇ ਅਤੇ ਘਰੇ ਖੜਾਤੇ ਅਤੇ ਬਹੁਤ ਥੱਕ ਗਏ ਅੱਜ ਬਸ ਅਤੇ ਅੱਜ ਬਹੁਤ ਥੱਕ ਗਏ ਅਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੰਨਾ ਕੀ ਰੱਖਦੇ ਹਾਂ ਉਮੀਦ ਆ ਤੁਹਾਨੂੰ ਵਲੋਗ ਆਪਣਾ ਪਸੰਦ ਆਇਆ ਹੋਊਗਾ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋ 8K ਵੀ ਆਪਣੇ ਅੱਜ ਕੰਪਲੀਟ ਹੋ ਗਏ ਅਤੇ ਇੱਦਾਂ ਹੀ ਆਪਣੇ 10K ਵੀ ਜਲਦੀ ਕੰਪਲੀਟ ਕਰਵਾ ਦਿਉ ਅਤੇ ਫਿਰ 10K 'ਤੇ ਇੱਕ ਸਪੈਸ਼ਲ ਵੀਡੀਓ ਆਊਗੀ ਉਹ ਵੀ ਕੋਈ ਸਪੈਸ਼ਲ ਹੋਊਗੀ ਅਤੇ ਚਲੋ ਨਵੀਂ ਵੀਡੀਓ ਦੇ ਵਿੱਚ ਮਿਲਦਾ ਜਲਦੀ ਓਕੇ ਬਾਏ।